ਅਸਲਾਮੁ ਅਲੈਕੁਮ ਜਨਾਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਜ ਦਾ ਵਲੋਗ ਸੀ ਜਨਾਬ ਪੰਜਾਬੀ ਦੇ ਵਿੱਚ, ਅਤੇ ਸਰਕਾਰ ਅੱਜ ਈਦ ਦਾ ਰਹਿ ਗਿਆ ਇੱਕ ਦਿਨ, ਠੀਕ ਹੈ ਜੀ, ਕੱਲ੍ਹ ਹੋਣੀ ਹੈ ਈਦ। ਅਤੇ ਜ਼ਿਲ੍ਹੇ ਲੈਵਲ 'ਤੇ ਜਿਹੜੀ ਸਾਰਿਆਂ ਤੋਂ ਵੱਡੀ ਮੰਡੀ ਲੱਗਦੀ ਹੈ ਨਾ ਜੀ ਮਾਮੂਕਾਂਜਨ ਦੇ ਵਿੱਚ, ਉਸ ਮੰਡੀ ਦਾ ਤੁਹਾਨੂੰ ਅੱਜ ਵਿਜ਼ਿਟ ਵੀ ਕਰਾਵਾਂਗੇ। ਉੱਥੇ ਜਾ ਕੇ ਬੱਕਰਾ ਵੀ ਲੈਣਾ, ਜਾਨਵਰ ਲੈਣਾ ਅੱਛਾ ਜਿਹਾ, ਅਤੇ ਵੇਹਨੇ ਹਾਂ ਜਨਾਬ ਅੱਗਾਂ ਬੱਕਰਾ ਮੰਡੀ ਦਾ ਕੀ ਨਿਜ਼ਾਮ। ਅਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ, ਅਤੇ ਅਗਾਂ ਦਾ ਵਪਾਰੀਆਂ ਦਾ ਹਿਸਾਬ ਕਿਤਾਬੇ ਨੇ ਕੀ। ਯਾਰ ਜਾਮਣ ਦੇ ਬੇਲੀ ਵੀ ਹੈ ਤੇ ਯਾਰ ਹੀ ਹੈ, ਤੇ ਕਿਸੇ ਤਰੀਕੇ ਨਾਲ ਨਾ ਹਿਸਾਬ ਕਿਤਾਬ ਸਾਡੇ ਨਾਲ ਲਾ ਯਾਰ। ਚੱਲ ਕੁਛ ਵੀ ਨਹੀਂ ਹੁੰਦਾ, ਰੱਖ ਲਾ ਬਈ। ਜਨਾ ਜਿਹੜਾ ਬੱਟੀ ਹੈ ਨਾ ਬੱਟੀ, ਇਹ ਬਹਿਣ ਦਾ ਵੀਰ ਹੈ ਫੁੱਲ, ਇਹ ਬੱਕਰੇ ਲਈ ਵਧਾ ਸਰਕਾਰ, ਤੇ ਇਹਦੇ ਨਾਲ ਡੀਲ ਹੋ ਗਈ। ਓਕੇ ਕਰਾ ਬੱਟੀ, ਜੇ ਵੇ ਪਾ ਲਾ ਚੁੱਪ ਕਰਕੇ, ਮੈਂ ਸਿਰਫ 2000 ਰੁਪਏ ਹੋਰ ਯਾਰ ਪੈਸੇ ਜੇ ਵੇ ਤਾਂ ਪਾ ਦੇ ਸਹੀ, ਇੱਕ ਮਿੰਟ ਪਾ ਦੇ ਸਹੀ, ਜੇ ਪਾ ਦੇ ਸਹੀ, ਜੇ ਵੇ ਤਾਂ ਪਾ ਪਾ ਦੇ ਸਹੀ, ਜੇ ਵੇ ਪਾ ਲਾ ਬਸ, ਠੀਕ ਹੈ ਲਓ ਸਰਕਾਰ। ਅਲਹਮਦੁਲਿਲਾ ਅਲਹਮਦੁਲਿਲਾ, ਬੱਕਰਾ ਜਨਾਬ ਅਸੀਂ ਲੈ ਲਿਆ,
ਮਾਸ਼ਾਅੱਲਾ ਬਿਹਤਰੀਨ ਓਕੇ ਹੋ ਗਿਆ ਸਰਕਾਰ ਤੇ ਡਨ ਹੋ ਗਿਆ ਬੱਟੀ ਸਾਹਿਬ ਓਕੇ ਸਿਰਫ 2000 ਕਰ ਓਕੇ ਕਰਾ ਓਕੇ ਕਰਾ ਵੇਖ ਕੁਰਬਾਨੀ ਹੁੰਦੀ ਕੁਰਬਾਨੀ ਦੇ ਜਾਨਵਰ ਇੰਜ ਨਹੀਂ ਕਰਿੰਦਾ ਹੁੰਦਾ ਤੇਰੀ ਮੁਹੱਬਤ ਤੇਰੀ ਮੁਹੱਬਤ ਨਹੀਂ ਹਾਂ ਡਨ ਕਰਾ ਦੇ ਓਕੇ ਕਰਾ 2000 ਨਾਲ 2000 ਬਿਰਾ ਬਣ ਚੱਲ ਜੱਜ ਜਾਨੀ ਇਹ ਲੋਇਨ ਅਲਹਮਦੁਲਿਲਾ ਜੀ ਅਲਹਮਦੁਲਿਲਾ ਬੱਕਰਾ ਅਸੀਂ ਲੈ ਲਿਆ ਸਰਕਾਰ ਚਾਚੂ ਜਾਨੀ ਮੈਂ ਨਾ ਬਈ ਅਖੀਰ ਕਰ ਦਿੰਦਾ ਡੀਲਿੰਗ ਸ਼ਿਲਿੰਗ ਇਸ ਤੋਂ ਬਗੈਰ ਖਤਮ ਹੈ ਉੱਤੋਂ ਜਨਾਬ ਉਹਨੂੰ ਦੱਸ ਕੇ ਓਕੇ ਕਰਕੇ ਅਲਹਮਦੁਲਿਲਾ ਲੈ ਲਿਆ ਜੀ ਅੱਲਾ ਪਾਕ ਕਬੂਲ ਫਰਮਾਵੇ ਤੇ ਹੁਣ ਤੁਹਾਨੂੰ ਵਿਖਾਉਂਦੇ ਹਾਂ ਡਰੋਨ ਦੇ ਸ਼ਾਰਟ ਸ਼ੂਟ ਬਾਬਾ ਜੀ